मेरी बेटी कहूगी पापा ना मेरी भी गल करा दो, मैं चीज ही लेनी है। वो मैंने कहूगी पापा जी चीज ही लिया दी, वो मेरे दिमाग च वजदी है बई जी गल हुण वी ਤੁਹਾਡੇ ਉਹ ਗੱਲ ਯਾਦ ਆ ਜਾਂਦੀ ਬਾਈ ਜੀ, ਉਹ ਭੁੱਲੀ ਨਹੀਂ ਜਾਂਦੀ ਬਾਈ ਜੀ ਮੇਰੇ ਤੋਂ ਗੱਲ। ਕੱਪੜੇ ਸਿਉਂਦੀ ਸੀ ਮੇਰੀ ਮਾਤਾ, ਮੈਂ ਉਹਦੀ ਕੰਚੀ ਤਿੱਕਰ ਵੀ ਵੇਚਦਾ ਸੀਗਾ ਬਾਈ ਜੀ। ਮੈਨੂੰ ਘਰੋਂ ਵੀ ਇੰਨਾ ਬੁਰਾ ਹਾਲ ਹੋ ਗਿਆ ਸੀ, ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ, ਬਾਹਾਂ ਦੱਬ ਕੇ ਉਹਦੀਆਂ ਫੜ ਲਈਆਂ। ਬਜ਼ੁਰਗ ਬੰਦਾ ਸੀਗਾ ਜੀ, ਮੈਥੋਂ ਬਹੁਤ ਵੱਡੀ ਉਮਰ ਦਾ, ਮੇਰੇ ਤਾਂ ਦਾਦਿਆਂ ਪੜਦਾਦਿਆਂ ਦੇ ਸਮਾਨ ਹੋਊਗਾ ਜੀ ਉਹ। ਮੈਂ ਉਹਦੀ ਜੇਬ ਦੀ ਤਲਾਸ਼ੀ ਲੈਣ ਲੱਗ ਗਿਆ, ਉਹਦੀ ਜੇਬ ਜੇਬ 'ਚ ਤਲਾਸ਼ੀ ਲਈ, ਇੱਕ ਤਾਂ ਚਾਈਨਾ ਮੇਡ ਮੋਬਾਈਲ ਨਿਕਲਿਆ ਬਾਈ ਜੀ, ਛੋਟਾ ਜਿਹਾ ਬਾਈ ਜੀ, ਉਹਦਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਬਾਈ ਜੀ। ਉਸ ਤੋਂ ਬਾਅਦ ਮੈਂ ਦੂਸਰੇ ਕਿਸੇ 'ਚ ਹੱਥ ਮਾਰਿਆ, ਉਹਦੇ ਕੋਲ ਕੁਛ ਟੋਫੀਆਂ ਸੀਗੀਆਂ, ਇੱਕ ਫਰੂਟੀ ਸੀਗੀ ਛੋਟੀ ਜਿਹੀ 10 ਰੁਪਏ ਵਾਲੀ। ਮੈਂ ਕਿਹਾ ਕੀ ਆ, ਇਹਨਾਂ ਨੇ ਮੈਂ ਉਹਦੇ ਥੱਪੜ ਮਾਰੇ, ਦੇਣੇ ਤਾਂ ਮੈਂ ਤੜਫ ਦੇਣੇ ਦੇਣ ਕੱਢਤਾ। ਸ਼ਾਮ ਨੂੰ ਮੈਨੂੰ ਇਹ ਹੋਇਆ ਵੀ ਰਾਤ ਨੂੰ ਮੇਰੀ ਮੌਤ ਨਾ ਹੋ ਜਾਵੇ, ਮੈਂ ਮਰ ਰਿਹਾ ਸੀ ਨਸ਼ੇ ਨੂੰ। ਸ਼ਾਮ ਨੂੰ ਬਾਈ ਜੀ ਮੈਂ ਇੱਥੋਂ, ਮੈਨੂੰ 15 ਕਿਲੋਮੀਟਰ ਕੋਟਕਪੂਰਾ ਸ਼ਹਿਰ ਆ ਸਾਡੇ, ਉੱਥੇ ਮੈਂ ਚੱਲ ਗਿਆ ਮੈਡੀਕਲ 'ਤੇ। ਉਹ ਮੇਰੀ ਜਾਣ ਪਹਿਚਾਣ ਵਾਲੇ ਸੀ, ਉਹ ਕਹਿੰਦੇ ਬਾਹਰ ਹੋ ਜਾ, ਨਸ਼ਾ ਪੈਸੇ ਤੋਂ ਬਗੈਰ ਨਹੀਂ ਮਿਲਦਾ, ਬਾਹਰ ਹੋ ਜਾ। ਪੈਗ ਲਾ ਲਿਆ ਜੀ ਜੈਤੋਂ ਅਸੀਂ ਅੱਡੇ 'ਚ ਖੜ ਕੇ, ਖੁਸ਼ੀ 'ਚ ਇੱਕ ਟਰਾਫੀ ਸੀਗੀ ਕੋਲੇ। ਰਾਤ ਨਾਲ ਡਰੈਣ ਦਾ ਪੁਲ ਪੈਂਦਾ ਸੀਗਾ ਜੀ, ਸਕੂਟਰ ਸੀਗਾ ਤੇਜ਼, ਮਜ਼ਾਕ ਕਰਦੇ ਆਉਂਦੇ ਸੀਗੇ। ਇੱਕ ਤਾਂ ਲਾਈਟ ਉਹਦੀ ਹੈਲਦੀ ਸੀ, ਬਹੁਤ ਜਾਂਦੀ ਸੀ, ਡਰੈਣ 'ਚ ਵੱਜਿਆ ਜੀ। ਜਿਹੜੀ ਡਰੈਣ ਦੇ ਆਸੇ ਪਾਸੇ ਇੰਗਲਾਰਨ ਲੱਗੀ ਹੁੰਦੀ ਆ ਜੀ, ਉਹ ਫਿਰ ਮੇਰੇ ਪੱਟ ਦੇ ਵਿੱਚ ਦੀ ਲੰਘ ਗਈ ਜੀ ਪਾੜ ਕੇ। ਬਸ ਕੋਈ ਐਸਾ ਟਾਈਮ ਆਇਆ ਮੇਰੇ ਦਿਲ 'ਤੇ ਅਸੀਂ 7 ਵਜੇ, ਮੈਂ ਨਸ਼ਾ ਤਿਆਗਤਾ ਜੀ। ਦੁਬਾਰੇ ਸੋਚਿਆ ਵੀ ਸੈੱਟ ਹੋ ਕੇ ਦਿਖਾਵਾਂ ਦੁਨੀਆ ਨੂੰ, ਇੱਕ % ਵੀ ਨਹੀਂ ਲਈ ਬਾਈ ਜੀ। ਫਿਰ ਜੇ ਕਿਸੇ ਨੇ ਹੁਣ ਪੁੱਛਿਆ ਵੀ ਨਸ਼ਾ ਛੱਡਿਆ ਕਿਵੇਂ, ਕੀ ਕਹੋਗੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ, ਮੈਂ ਰਤਨਦੀਪ ਸਿੰਘ ਧਾਲੀਵਾਲ। ਕੁਝ ਲੋਕ ਅਜਿਹੇ ਹੁੰਦੇ ਨੇ ਉਹਨਾਂ ਨੂੰ ਜ਼ਿੰਦਗੀ ਠੋਕਰਾਂ ਮਾਰਦੀ ਹੈ, ਅਤੇ ਕੁਝ ਲੋਕ ਜ਼ਿੰਦਗੀ ਨੂੰ ਠੋਕਰਾਂ ਮਾਰਦੇ ਨੇ, ਪਰ ਘੱਟ ਹੀ ਲੋਕ ਅਜਿਹੇ ਹੁੰਦੇ ਨੇ ਜਿਹੜੇ ਪਹਿਲਾਂ ਜ਼ਿੰਦਗੀ ਨੂੰ ਠੋਕਰਾਂ ਮਾਰਦੇ ਆ ਪਰ ਫਿਰ ਉਹ ਜ਼ਿੰਦਗੀ ਦੇ ਉੱਤੇ ਜਿੱਤ ਵੀ ਪ੍ਰਾਪਤ ਕਰਦੇ ਆ। ਅੱਜ ਅਸੀਂ ਇੱਕ ਅਜਿਹੇ ਹੀ ਸ਼ਖਸ ਨੂੰ ਤੁਹਾਡੇ ਨਾਲ ਮਿਲਾਵਾਂਗੇ, ਇੱਕ ਜ਼ਿੰਦਗੀ ਦੇ ਸਿਕੰਦਰ ਨੂੰ ਤੁਹਾਡੇ ਨਾਲ ਮਿਲਾਵਾਂਗੇ, ਜਿਹੜਾ ਪਹਿਲਾਂ ਕਦੇ ਨਸ਼ੇ ਦੀ ਦਲਦਲ ਦੇ ਵਿੱਚ ਖੁੱਭਿਆ, ਪਹਿਲਾਂ ਕਦੇ ਕਬੱਡੀ ਦੀਆਂ ਰੇਡਾਂ ਵੀ ਪਾਉਂਦਾ ਰਿਹਾ ਗਾ, ਜੱਫੇ ਵੀ ਲਾਉਂਦਾ ਰਿਹਾ ਗਾ, ਕਬੱਡੀ ਵੀ ਖੇਡੀ ਆ, ਪਰ ਫਿਰ ਵਕਤ ਨੇ ਪਲਟਾ ਮਾਰਿਆ, ਕਿਸਮਤ ਨੇ ਪਲਟਾ ਮਾਰਿਆ, ਨਸ਼ੇ ਦੀ ਦਲਦਲ ਦੇ ਵਿੱਚ ਜਾਂਦਾ ਗਾ, ਪਰ ਫਿਰ ਇੱਕ ਵਾਰ ਉਹ ਉੱਭਰਦਾ ਗਾ, ਜ਼ਿੰਦਗੀ ਦੇ ਉੱਤੇ ਜਿੱਤ ਪ੍ਰਾਪਤ ਕਰਦਾ ਗਾ, ਅਤੇ ਹੁਣ ਉਹ ਬੜਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਕਰਦਾ ਗਾ। ਮੋਟਰਸਾਈਕਲ ਰਿਪੇਅਰ ਦੀ ਦੁਕਾਨ ਹੈ ਬਾਈ ਦੀ, ਪਿਛਲੇ 6 ਸਾਲਾਂ ਤੋਂ ਬਾਈ ਨੇ ਨਸ਼ਾ ਵੀ ਛੱਡਿਆ ਹੋਇਆ ਗਾ। ਬਾਈ ਦਾ ਸਾਨੂੰ ਫੋਨ ਕਾਲ ਆਉਂਦਾ ਗਾ, ਅਤੇ ਬਾਈ ਦੇ ਸੀਨੇ ਦੇ ਵਿੱਚ ਇੱਕ ਦਰਦ ਆ, ਇੱਕ ਗੁੱਝੀ ਸੱਟ ਆ, ਇੱਕ ਅਜਿਹੀ ਆ ਪਾਪ ਆ ਜਿਹੜਾ ਬਾਈ ਨੇ ਨਸ਼ੇ ਕਰਦੇ ਹੋਏ ਕੀਤਾ ਸੀ, ਪਰ ਬਾਈ ਨੇ ਫੋਨ ਕਰਕੇ ਕਿਹਾ ਵੀ ਉਹ ਮੈਂ ਬੋਝ ਹਲਕਾ ਕਰਨਾ ਗਾ। ਅੱਜ ਬਾਈ ਕੋਲ ਪਹੁੰਚਿਆ, ਉਹ ਗੱਲ ਵੀ ਜਾਣਾਂਗੇ ਕੀ ਗੱਲਬਾਤ ਆ, ਅਤੇ ਹੋਰ ਬਾਈ ਕੀ ਕਰਦਾ ਗਾ ਉਹ ਵੀ ਤੁਹਾਨੂੰ ਦੱਸਾਂਗੇ। ਬਾਈ ਰਮਤਾ ਜੋਗੀ ਕਹਿੰਦੇ ਆ ਬਾਈ ਨੂੰ ਪਿੰਡ ਦੇ ਵਿੱਚ, ਜਾਂ ਬਾਈ ਦੇ ਜਾਣ ਪਛਾਣ ਵਾਲੇ। ਵੈਸੇ ਬਾਈ ਦਾ ਨਾਂ ਪੱਪੀ ਆ। ਬਾਈ ਜੀ ਸਵਾਗਤ ਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਹੋਰ ਬਾਈ ਜੀ? ਹਾਂਜੀ, ਬਹੁਤ ਵਧੀਆ, ਕਿਰਪਾ ਬਾਬੇ ਨਾਨਕ ਜੀ ਦੀ। ਜੀ, ਸਭ ਤੋਂ ਪਹਿਲਾਂ ਤਾਂ ਪੱਪੀ ਬਾਈ ਮੈਂ ਉਹੀ ਗੱਲ ਪੁੱਛਣੀ ਚਾਹੂੰਗਾ ਜਿਹੜੀ ਗੱਲ ਖਾਤਰ ਤੁਸੀਂ ਫੋਨ ਕਾਲ ਕੀਤਾ ਸੀ। ਕਿਹੜਾ ਪਾਪ ਅਜਿਹਾ ਜ਼ਿੰਦਗੀ ਦੇ ਵਿੱਚ ਕੀਤਾ ਜਿਹੜਾ ਭਾਰ ਹਜੇ ਵੀ ਮਨ ਦੇ ਉੱਤੇ ਬੋਝ ਲਈ ਫਿਰਦੇ ਹੋ? ਬਾਈ ਜੀ, ਮੇਰੀ ਦੁਕਾਨ ਸੀਗੀ ਅੱਜ ਤੋਂ 16-17 ਸਾਲ ਪਹਿਲਾਂ ਜੀ। ਹੌਲੀ ਹੌਲੀ ਮੈਂ ਕਬੱਡੀ ਵਾਲਿਆਂ ਮੁੰਡਿਆਂ ਨਾਲ ਰਲ ਕੇ, ਵੈਸੇ ਉਹ ਨਹੀਂ ਸੀ ਕਰਦੇ ਪਰ ਮੈਨੂੰ ਆਦਤ ਸੀਗੀ ਪਹਿਲਾਂ ਤੋਂ ਥੋੜ੍ਹੀ ਥੋੜ੍ਹੀ, ਮੈਂ ਨਸ਼ੇ ਕਰਨ ਲੱਗ ਗਿਆ। ਨਸ਼ੇ ਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਬਾਈ ਜੀ। ਹਾਂ, ਬਸ ਕੋਈ ਐਸਾ ਟਾਈਮ ਆਇਆ ਮੇਰੇ ਦਿਲ 'ਤੇ ਅਸੀਂ 7 ਵਜੇ, ਮੈਂ ਨਸ਼ਾ ਤਿਆਗਤਾ ਜੀ। ਦੁਬਾਰੇ ਸੋਚਿਆ ਵੀ ਸੈੱਟ ਹੋ ਕੇ ਦਿਖਾਵਾਂ ਦੁਨੀਆ ਨੂੰ, ਮੈਨੂੰ ਮੇਰੇ ਘਰਦਿਆਂ ਨੇ ਵੀ ਛੱਡ ਦਿੱਤਾ ਸੀਗਾ ਜੀ, ਸਾਰੇ ਮੈਨੂੰ ਛੱਡ ਕੇ ਆਪਦੀਆਂ ਸਾਈਡਾਂ ਲੈ ਗਏ। ਫਿਰ ਮੈਨੂੰ ਪਰਮਾਤਮਾ ਨੇ ਦੁਬਾਰੇ ਬਾਂਹ ਫੜੀ, ਹੁਣ ਮੈਂ ਆਪਦੀ ਜਗ੍ਹਾ 'ਤੇ ਸੈੱਟ ਹਾਂ ਬਾਈ ਜੀ। ਬਾਈ ਜੀ, ਕੋਈ ਟਾਈਮ ਐਸਾ ਸੀਗਾ ਮੈਂ ਨਸ਼ੇ ਨੂੰ ਬਹੁਤ ਦੁਖੀ ਸੀਗਾ, ਦੇਣੇ ਤਾਂ ਮੈਂ ਤੜਫ ਦੇਣੇ ਦੇਣ ਕੱਢਤਾ। ਸ਼ਾਮ ਨੂੰ ਮੈਨੂੰ ਇਹ ਹੋਇਆ ਵੀ ਰਾਤ ਨੂੰ ਮੇਰੀ ਮੌਤ ਨਾ ਹੋ ਜਾਵੇ, ਮੈਂ ਮਰ ਰਿਹਾ ਸੀ ਨਸ਼ੇ ਨੂੰ। ਸ਼ਾਮ ਨੂੰ ਬਾਈ ਜੀ ਮੈਂ ਇੱਥੋਂ, ਮੈਨੂੰ 15 ਕਿਲੋਮੀਟਰ ਕੋਟਕਪੂਰਾ ਸ਼ਹਿਰ ਆ ਸਾਡੇ, ਉੱਥੇ ਮੈਂ ਚੱਲ ਗਿਆ ਮੈਡੀਕਲ 'ਤੇ। ਉਹ ਮੇਰੀ ਜਾਣ ਪਹਿਚਾਣ ਵਾਲੇ ਸੀ, ਉਹ ਕਹਿੰਦੇ ਬਾਹਰ ਹੋ ਜਾ, ਨਸ਼ਾ ਪੈਸੇ ਤੋਂ ਬਗੈਰ ਨਹੀਂ ਮਿਲਦਾ, ਬਾਹਰ ਹੋ ਜਾ। ਮੈਂ ਸੋਚਿਆ ਵੀ ਮੇਰੀ ਤਾਂ ਜਾਨ ਨਿਕਲ ਜੂਗੀ ਨਸ਼ੇ ਤੋਂ ਬਗੈਰ। ਮੈਂ ਬਾਈ ਜੀ ਸੋਚਦਾ ਰਿਹਾ ਵੀ ਕੋਈ ਚੋਰੀ ਕਰਾਂ, ਚੋਰੀ ਕਰਨ ਦਾ ਵੀ ਨਹੀਂ ਗੱਲ ਬਣੀ। ਸ਼ਾਮ ਦਾ ਟਾਈਮ ਸੀਗਾ 7-7:30 ਦਾ, ਦੁਕਾਨਾਂ ਵੀ ਬੰਦ ਹੋਣ ਵਾਲੀਆਂ ਸੀ, ਮੇਰਾ ਕੋਈ ਨਹੀਂ ਹੱਥ ਅੜਿਆ ਨਸ਼ੇ ਨਹੀਂ ਬਾਈ ਜੀ। ਮੈਂ ਸੋਚਦਾ ਬਾਈ ਜੀ ਸ਼ਹਿਰ 'ਚ ਚੱਲ ਗਿਆ। ਸ਼ਹਿਰ 'ਚ
ਮੁਕਸਰ ਨੂੰ ਚੜ ਗਿਆ ਜੀ ਮੈਂ ਪੁਲ ਪੁਲ ਚੜਦਾ ਚੜਦਾ ਬਾਈ ਜੀ ਇੱਕ ਬਜ਼ੁਰਗ ਮਿਲ ਗਿਆ ਮੈਨੂੰ ਬਜ਼ੁਰਗ ਮਿਲ ਗਿਆ ਬਾਈ ਜੀ ਮੈਂ ਉਹਨੂੰ ਸਤਿ ਸ਼੍ਰੀ ਅਕਾਲ ਬੁਲਾਈ ਮੈਂ ਕਿਹਾ ਬਾਈ ਜੀ ਮੈਂ ਹਰੀਨੋ ਪਿੰਡ ਜਾਣਾ ਉਹਨੇ ਵਿਚਾਰੇ ਨੇ ਮੈਨੂੰ ਦੱਸਣ ਲੱਗ ਗਿਆ ਅਤੇ ਮੈਂ ਬਾਈ ਜੀ ਉਹਦੀਆਂ ਬਾਹਾਂ ਫੜ ਲਈਆਂ ਘੁੱਟ ਕੇ ਉਹਦੇ ਕੋਲ ਇੱਕ ਤਾਂ ਬੂਰੇ ਦਾ ਗੱਟਾ ਸੀਗਾ ਜੀ ਆਰੇ 'ਤੇ ਲੱਗਿਆ ਹੋਣਾ ਵਿਚਾਰਾ ਇੱਕ ਉਹਦੇ ਕੋਲ ਥੋੜ੍ਹੀਆਂ ਜਿਹੀਆਂ ਲੱਕੜਾਂ ਸੀਗੀਆਂ ਮੈਂ ਬਾਈ ਜੀ ਉਹਨੂੰ ਬਾਹਾਂ ਦੱਬ ਕੇ ਉਹਦੀਆਂ ਫੜ ਲਈਆਂ ਬਜ਼ੁਰਗ ਬੰਦਾ ਸੀਗਾ ਜੀ ਮੈਥੋਂ ਬਹੁਤ ਵੱਡੀ ਉਮਰ ਦਾ ਮੇਰੇ ਤਾਂ ਦਾਦਿਆਂ ਪੜਦਾਦਿਆਂ ਦੇ ਸਮਾਨ ਹੋਊਗਾ ਜੀ ਉਹ ਮੈਂ ਉਹਦੀ ਜੇਬ ਦੀ ਤਲਾਸ਼ੀ ਲੈਣ ਲੱਗ ਗਿਆ ਉਹਦੀ ਜੇਬ 'ਚ ਤਲਾਸ਼ੀ ਲਈ ਇੱਕ ਤਾਂ ਚਾਈਨਾ ਮੇਡ ਮੋਬਾਈਲ ਨਿਕਲਿਆ ਬਾਈ ਜੀ ਛੋਟਾ ਜਿਹਾ ਬਾਈ ਜੀ ਉਹਦਾ ਸ਼ੀਸ਼ਾ ਟੁੱਟਿਆ ਹੋਇਆ ਸੀਗਾ ਬਾਈ ਜੀ ਉਦੋਂ ਬਾਅਦ ਮੈਂ ਦੂਸਰੇ ਗੀਸੇ 'ਚ ਹੱਥ ਮਾਰਿਆ ਉਹਦੇ ਕੋਲ ਕੁਛ ਟੋਫੀਆਂ ਸੀਗੀਆਂ ਇੱਕ ਫਰੂਟੀ ਸੀਗੀ ਛੋਟੀ ਜਿਹੀ 10 ਰੁਪਏ ਵਾਲੀ ਮੈਂ ਕਿਹਾ ਆਹ ਕੀ ਆ ਨਾਲੇ ਮੈਂ ਉਹਦੇ ਥੱਪੜ ਮਾਰੇ ਬਾਈ ਜੀ ਉਹ ਜ਼ਿੰਦਗੀ ਮੇਰੇ ਸਾਰੀ ਜ਼ਿੰਦਗੀ ਯਾਦ ਰਹੂਗਾ ਉਹ ਐਡਾ ਘਟੀਆ ਕੰਮ ਕੀਤਾ ਮੈਂ ਜੀ ਉਹ ਬਾਈ ਜੀ ਉਹ ਮੈਨੂੰ ਕਹਿੰਦਾ ਮੇਰੀਆਂ ਪੋਤੀਆਂ ਨੇ ਫੋਨ ਕੀਤਾ ਸੀਗਾ ਕਹਿੰਦੀ ਬਾਪੂ ਜੀ ਸਾਨੂੰ ਟੋਫੀਆਂ ਲਿਆ ਦਿਓ ਜਦੋਂ ਮੈਂ ਸਾਰਾ ਕੁਛ ਖੋਲ੍ਹਿਆ ਬਾਈ ਜੀ ਮੈਂ ਆਸਾ ਪਾਸਾ ਦੇਖ ਕੇ ਮੈਂ ਨਿਕਲ ਗਿਆ ਰੇਲ ਦੀ ਲੀਹ ਪੈ ਕੇ ਅਤੇ ਮੈਂ ਦੁਕਾਨ 'ਤੇ ਆ ਗਿਆ ਦੁਕਾਨ ਵਾਲੇ ਨੂੰ ਮੈਂ ਫੋਨ ਦੇ ਕੇ ਆਪਦੀ ਸ਼ੀਸ਼ੀ ਪੀ ਕੇ ਮੈਂ ਵਾਪਸ ਆ ਗਿਆ ਸੁਬਾਹ ਜਦੋਂ ਨਸ਼ਾ ਲੱਤਾ ਬਾਈ ਜੀ ਮੈਂ ਮੇਰੇ ਉਹ ਦਿਮਾਗ 'ਚ ਗੱਲ ਵੜ ਗਈ ਮੈਨੂੰ ਉਹ ਮੈਂ ਸੁਣਿਆ ਵੀ ਬਾਪੂ ਨੇ ਆਹ ਗੱਲ ਕਹੀ ਸੀ ਉਦੋਂ ਬਾਅਦ ਬਾਈ ਜੀ ਮੈਂ ਨਸ਼ਾ ਤਿਆਗਦਾ 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 ਆਹ ਦਿਨ ਆ ਗਏ ਬਸ ਮੁੜ ਕੇ ਹੁਣ ਜਦੋਂ ਮੇਰੀ ਮੈਰਿਜ ਹੋ ਗਈ ਮੇਰੇ 4-4.5 ਸਾਲ ਦੀ ਬੇਟੀ ਹੈ ਬਾਈ ਜੀ ਜਦੋਂ ਮੇਰੀ ਵਾਈਫ ਮੈਨੂੰ ਫੋਨ ਲਾਉਂਦੀ ਹੈਗੀ ਵੀ ਸਬਜ਼ੀ ਲਿਆਈ ਸ਼ਾਮ ਨੂੰ ਮੇਰੀ ਬੇਟੀ ਕਹੂਗੀ ਪਾਪਾ ਨਾਲ ਮੇਰੀ ਵੀ ਗੱਲ ਕਰਾ ਦਿਓ ਮੈਂ ਚੀਜ਼ ਹੀ ਲੈਣੀ ਆ ਉਹ ਮੈਨੂੰ ਕਹੂਗੀ ਪਾਪਾ ਜੀ ਚੀਜ਼ ਹੀ ਲਿਆ ਦੀ ਉਹ ਮੇਰੇ ਦਿਮਾਗ 'ਚ ਵੱਜਦੀ ਹੈ ਬਾਈ ਜੀ ਗੱਲ ਹੁਣ ਵੀ ਤੁਹਾਡੇ ਉਹ ਗੱਲ ਯਾਦ ਆ ਜਾ ਬਾਈ ਜੀ ਉਹ ਭੁੱਲੀ ਨਹੀਂ ਜਾਂਦੀ ਬਾਈ ਜੀ ਮੇਰੇ ਤੋਂ ਗੱਲ ਕੋਈ ਨਹੀਂ ਹੁਣ ਤਾਂ ਤੁਸੀਂ ਠੀਕ ਹੋ ਹੁਣ ਤਾਂ ਨਹੀਂ ਨਸ਼ਾ ਕਰਦੇ ਹਾਂਜੀ ਹੁਣ ਮੈਂ ਠੀਕ ਹਾਂ ਬਿਲਕੁਲ ਠੀਕ ਹਾਂ ਬਾਈ ਜੀ ਉਸ ਗੱਲ ਦਾ ਮੈਨੂੰ ਸਾਰੀ ਜ਼ਿੰਦਗੀ ਪਛਤਾਵਾ ਰਹੂਗਾ ਬਾਈ ਜੀ ਉਸ ਗੱਲ ਨੇ ਮੇਰੀ ਜ਼ਿੰਦਗੀ ਬਦਲਤੀ ਮੈਂ ਹੁਣ ਸੋਚਦਾ ਜੇ ਮੈਨੂੰ ਕੋਈ ਉੱਦਾਂ ਦਾ ਬਜ਼ੁਰਗ ਮਿਲ ਜੇ ਮੈਂ ਆਪਦੀ ਕਮਾਈ 'ਚ ਉਹਨੂੰ 100-50 ਰੁਪਈਆ ਵੀ ਦਿੰਦਾ ਜਿੰਨੀ ਪਰਮਾਤਮਾ ਮਿਹਰ ਕਰਦਾ ਮੇਰੇ 'ਤੇ ਬਸ ਮੈਨੂੰ ਠੋਕਰ ਉਹ ਹੀ ਸਭ ਤੋਂ ਬੁਰੀ ਲੱਗੀ ਆ ਜੀ ਮੈਂ ਇੱਕ ਬਾਈ ਇਹ ਜ਼ਰੂਰ ਪੁੱਛਣਾ ਚਾਹੂੰਗਾ ਤੁਸੀਂ ਮੈਨੂੰ ਫੋਨ ਕਾਲ ਕੀਤਾ ਹੈ ਨਾ ਤੁਸੀਂ ਕਿਹਾ ਵੀ ਮੈਂ ਫੋਨ ਲੱਭ ਰਿਹਾ ਸੀ ਤੁਹਾਡਾ ਵੀ ਤੁਹਾਨੂੰ ਹੀ ਇੰਟਰਵਿਊ ਕਰਨਾ ਸੀ ਇਹ ਕਿਵੇਂ ਵਿਚਾਰ ਆਇਆ ਤੁਹਾਡੇ ਮਨ 'ਚ ਵੀ ਇਹ ਗੱਲ ਮੈਂ ਕੈਮਰੇ ਦੇ ਸਾਹਮਣੇ ਦੱਸਾਂ ਅੱਜ ਕੱਲ੍ਹ ਤਾਂ ਲੋਕ ਕੁਛ ਵੀ ਦੱਸਦੇ ਨਹੀਂ ਆਪਣੇ ਬਾਰੇ ਖਾਸ ਕਰਕੇ ਆਪਣੇ ਪਿਛਲਾ ਇਤਿਹਾਸ ਤਾਂ ਕੋਈ ਦੱਸਦਾ ਹੀ ਨਹੀਂ ਆਪਦਾ ਪਿਛੋਕੜ ਦੱਸਦਾ ਨਹੀਂ ਬੁਰੀਆਂ ਗੱਲਾਂ ਦਾ ਕੋਈ ਵੀ ਨਹੀਂ ਦੱਸਦਾ ਬਾਈ ਜੀ ਮੈਂ ਇਹ ਸੋਚਿਆ ਵੀ ਹੁਣ ਮੈਂ ਤਾਂ ਗਲਤ ਰਾਹ ਪਿਆ ਹੀ ਸੀਗਾ ਵੀ ਇਸ ਰਾਹ ਦੇ ਵਿੱਚ ਕੀ ਕੁਛ ਹੈਗਾ ਕਿਵੇਂ ਉੱਜੜਦੇ ਆ ਘਰ ਬਾਕੀ ਫਿਰ ਹੁਣ ਦੁਬਾਰੇ ਪਰਮਾਤਮਾ ਨੇ ਬਾਂਹ ਫੜ ਲਈ ਮੈਂ ਸੈੱਟ ਹੋ ਗਿਆ ਮੈਨੂੰ ਮੇਰੇ ਮਨ ਨੂੰ ਲੱਗੀ ਮੈਂ ਦੱਸਾਂ ਬਾਈ ਜੀ ਆਪਦੀ ਘਟਨਾ ਗਾਂਹ ਨੂੰ ਇਸ ਕੰਮਾਂ 'ਚ ਕੋਈ ਨਾ ਪਵੇ ਮੇਰਾ ਹਾਲ ਦੇਖੇ ਵੀ ਮੈਂ ਕੀ ਕੁਛ ਕੀਤਾ ਗਾ ਮਾੜੇ ਕੰਮਾਂ ਦੇ ਬਾਈ ਜੀ ਮਾੜੇ ਨਤੀਜੇ ਹੈਗੇ ਅਤੇ ਹੁਣ ਪਿਛਲੇ 6 ਸਾਲਾਂ ਤੋਂ ਤੁਸੀਂ ਕੋਈ ਨਸ਼ਾ ਨਹੀਂ ਕੀਤਾ 1% ਨਹੀਂ ਨਸ਼ਾ ਕਰਦਾ ਬਾਈ ਜੀ ਮੇਰੇ ਸਾਰਿਆਂ ਕੱਪੜੇ ਸਿਉਂਦੀ ਸੀ ਮੇਰੀ ਮਾਤਾ ਮੈਂ ਉਹਦੀ ਕੰਚੀ ਤਿੱਕਰ ਵੀ ਵੇਚਦਾ ਸੀਗਾ ਬਾਈ ਜੀ ਮੈਨੂੰ ਘਰੋਂ ਵੀ ਇੰਨਾ ਬੁਰਾ ਹਾਲ ਹੋ ਗਿਆ ਸੀ ਮੇਰੇ ਮਾਤਾ ਪਿਤਾ ਦੀ ਮੌਤ ਹੋ ਗਈ ਮੈਂ ਇੱਕ ਦਿਨ ਬਗਰਾੜੀ ਆਇਆ ਨਸ਼ੇ ਦੀ ਭਾਲ 'ਚ ਤੁਰਿਆ ਫਿਰਦਾ ਸੀਗਾ ਮੈਨੂੰ ਅਮਰਜੀਤ ਸਿੰਘ ਢਿੱਲੋਂ ਉਹਨਾਂ ਦਾ ਬੇਟਾ ਲੱਕੀ ਸਿੰਘ ਢਿੱਲੋਂ ਉਹ ਮੈਨੂੰ ਬਜ਼ੁਰਗ ਮਿਲ ਗਏ ਅੱਡੇ 'ਤੇ ਉਹ ਮੈਨੂੰ ਪੁੱਛਣ ਲੱਗ ਗਏ ਪੁੱਤ ਕਿੱਥੇ ਹੋ ਨਾਨ ਮੈਂ ਸੁਣਿਆ ਤੂੰ ਨਸ਼ੇ ਕਰਨ ਲੱਗ ਪਿਆ ਮੈਂ ਮੇਰਾ ਰੋਣ ਨਿਕਲ ਗਿਆ ਜੀ ਫਿਰ ਮੈਂ ਮੈਨੂੰ ਉਹਦਾ ਦੁਕਾਨ ਕਰ ਲਿਆ ਦੁਬਾਰੇ ਹੱਥਾਂ ਦਾ ਮਿਸਤਰੀ ਹਾਂ ਮੈਂ ਆਖਿਆ ਸਰ ਜੀ ਹੁਣ ਮੇਰੇ ਕੋਲ ਨਾ ਤਾਂ ਗਹਿਣਾ ਨਾ ਮੇਰੇ ਕੋਲ ਕਿਰਾਇਆ ਨਾ ਮੇਰੇ ਕੋਲ ਸੰਦ ਆ ਉਹਨੇ ਵਿਚਾਰੇ ਨੇ ਮੈਨੂੰ ਉੱਥੇ ਨੰਬਰ ਲਿਖ ਕੇ ਦਿੱਤਾ ਪੈਨ ਨਾਲ ਮੈਂ ਉਹਨੂੰ ਸ਼ਾਮ ਨੂੰ ਫੋਨ ਕੀਤਾ ਉਹਨੇ ਮੈਨੂੰ ਬਗਰਾੜੀ ਬੁਲਾ ਲਿਆ ਮੈਨੂੰ ਸ਼ਟਰ ਚਾ ਕੇ ਦੁਕਾਨ ਦਿਖਾਈ ਕਹਿੰਦਾ ਕੋਈ ਕਿਰਾਇਆ ਨਹੀਂ ਲੈਣਾ ਕੋਈ ਤੇਥੋਂ ਬਿੱਲ ਨਹੀਂ ਲੈਣਾ ਚਾਹ ਵੀ ਨਹੀਂ ਤੂੰ ਅੱਡੇ ਤੋਂ ਪੀਣ ਦੇਣੀ ਚਾਹ ਵੀ ਅਸੀਂ ਦੇਵਾਂਗੇ ਤੂੰ ਸਾਡਾ ਪੁੱਤ ਆ ਇੱਥੇ ਮੈਂ ਰਹਿੰਦਾ ਜੀ ਮੈਨੂੰ ਪੁੱਤਾਂ ਤੋਂ ਵੱਧ ਸਮਝਦੇ ਆ ਜੀ ਉਹ ਇਹੀ ਦੁਕਾਨ ਆ ਬਾਈ ਜੀ ਆ ਨਾਲ ਹੀ ਉਹਨਾਂ ਦਾ ਘਰ ਆ ਖਾਲਸਾ ਪਰਿਵਾਰ ਆ ਸਾਰਾ ਬਹੁਤ ਵਧੀਆ ਇਨਸਾਨ ਆ ਜੀ ਰੱਬ ਹੈ ਇਹ ਦੁਕਾਨ ਦਾ 6 ਸਾਲਾਂ ਤੋਂ ਨਾ ਕੋਈ ਕਿਰਾਇਆ ਨਾ ਗਹਿਣਾ ਕੁਛ ਨਹੀਂ 1 ਰੁਪਈਆ ਵੀ ਨਹੀਂ ਬਾਕੀ ਜੋ ਵੀ ਮੁੰਡੇ ਇੱਥੇ ਕੁਲਵੰਤ ਅਰਗੇ ਹੋਰ ਸੁੱਖੇ ਅਰਗੇ ਕਬੱਡੀ ਖੇਡਦੇ ਆ ਜੀ ਉਹ ਵਿਚਾਰਿਆਂ ਨੇ ਮੈਨੂੰ ਬਹੁਤ ਸਹਾਇਤਾ ਦਿੱਤੀ ਆ ਜੀ ਬਹੁਤ ਮੈਨੂੰ ਉਹਨਾਂ ਨੇ ਕਿਹਾ ਵੀ ਹੁਣ ਮੈਨੂੰ ਇਹ ਗੱਲ ਕਹਿੰਦੇ ਆ ਵੀ ਤੂੰ ਸੈੱਟ ਹੋ ਗਿਆ ਜੀ ਉਦੋਂ ਬਾਅਦ ਨਸ਼ੇ ਨਹੀਂ ਪੈ ਗਿਆ ਤਾਂ ਤੇਰੀਆਂ ਲੱਤਾਂ ਤੋੜ ਦਿਆਂਗੇ ਦੁਬਾਰੇ ਹੁਣ ਮੈਂ ਬਾਈ ਜੀ ਸ਼ੁਕਰ ਆ ਪਰਮਾਤਮਾ ਦਾ ਬਾਬਾ ਨਾਨਕ ਜੀ ਦਾ ਮੈਂ ਵਧੀਆ ਆਪਦੀ ਜਗ੍ਹਾ 'ਤੇ ਸੈੱਟ ਹਾਂ ਬਾਈ ਜੀ ਅਤੇ ਬਾਈ ਮੈਨੂੰ ਇੱਕ ਗੱਲ ਹੋਰ ਦੱਸੋ ਜਿਵੇਂ ਤੁਸੀਂ ਕਿਹਾ ਵੀ ਮੁੰਡਿਆਂ ਨਾਲ ਤੁਹਾਡੀ ਬਹੁਤ ਬਣਦੀ ਆ ਹੈ ਨਾ ਇੱਥੇ ਅੱਗੇ ਪਹਿਲਾਂ ਵੀ ਮੁੰਡੇ ਖੜ੍ਹੇ ਸੀ 2-3 ਤੁਹਾਨੂੰ ਮਿਲ ਕੇ ਵੀ ਗਏ ਸਾਰੇ ਬੁਲਾ ਕੇ ਜਾਂਦੇ ਆ ਉਹ ਇੱਕ ਮੁੰਡਾ ਕਹਿ ਕੇ ਵੀ ਗਿਆ ਵੀ ਬਹੁਤ ਵਧੀਆ ਬੋਲੀ ਸਹੀ ਸਹੀ ਦੱਸੀ ਹੈ ਨਾ ਸਾਰਾ ਕੁਛ ਇੰਨਾ ਜ਼ਿੰਦਗੀ ਦੇ ਵਿੱਚ ਬਦਲਾਵ ਸਿਰਫ ਉਹ ਬਾਪੂ ਦੀ ਗੱਲ ਮਨ ਦੇ ਵਿੱਚ ਬੋਲਦੀ ਸੀ ਕੰਨਾਂ ਦੇ ਵਿੱਚ ਉਹੀ ਆਵਾਜ਼ ਆਉਂਦੀ ਸੀ ਜਦੋਂ ਮੇਰੀ ਬੇਟੀ ਮੈਨੂੰ ਫੋਨ ਲਾਉਂਦੀ ਆ ਮੇਰੀ ਬੇਟੀ ਦੇ ਬਰਾਬਰ ਹੀ ਆਵਾਜ਼ ਆਉਂਦੀ ਆ ਜੀ ਮੇਰੇ ਦਿਮਾਗ 'ਚ ਮੈਨੂੰ ਉਹ ਮੇਰੀ ਜ਼ਿੰਦਗੀ ਨਸ਼ਾ ਛੁਡਾਇਆ ਹੀ ਉਹ ਚੱਕਰ ਨੇ ਮੇਰਾ ਜੀ ਉਹ ਬਾਬਾ ਜੀ ਨੇ ਬਸ ਮੈਨੂੰ ਵੀ ਹੁਣ ਇੱਦਾਂ ਹੀ ਲੱਗਦਾ ਵੀ ਉਹਨਾਂ ਦੀਆਂ ਬੇਟੀਆਂ ਨੇ ਵੀ ਉਹਦੀਆਂ ਪੋਤੀਆਂ ਨੇ ਵੀ ਇੱਦਾਂ ਹੀ ਨਸ਼ਾ ਮੰਗਾਇਆ ਹੋਣਾ ਜੀ ਟੋਫੀਆਂ ਮੈਂ ਐਡਾ ਹਰਾਮੀ ਕੰਮ ਕੀਤਾ ਜੀ ਮੈਨੂੰ ਜ਼ਿੰਦਗੀ ਭਰ ਉਹਦਾ ਦੁੱਖ ਹੀ ਰਹੂਗਾ ਵੀ
ਇਦੋਂ ਘਟਿਆ ਕੰਮ ਹੋ ਹੀ ਨਹੀਂ ਸਕਦਾ ਮੇਰੇ ਲਈ ਕੋਈ ਜੀ। ਹੁਣ ਫਿਰ ਤੁਸੀਂ ਆਹ ਦੁਕਾਨ ਤਾਂ ਚਲਾਉਣੀ ਹੀ ਚਲਾਉਣੇ ਹੋ, ਨਾਲ ਮੁੰਡੇ ਦੱਸਦੇ ਆ ਵੀ ਐਕਟਿੰਗ ਦਾ ਵੀ ਸ਼ੌਂਕ ਰੱਖਦੇ ਹੋ, ਗਾਉਣ ਵਜਾਉਣ ਦਾ ਵੀ ਸ਼ੌਂਕ ਰੱਖਦੇ ਹੋ, ਉਹਦੇ ਬਾਰੇ ਵੀ ਦੱਸ ਦਿਓ ਥੋੜ੍ਹਾ ਜਿਹਾ। ਹਾਂਜੀ ਬਾਈ ਜੀ, ਮੈਂ ਸੋਚਦਾ ਵੀ ਹੁਣ ਮੈਂ ਕੁਛ ਬਣਾ ਆਪਦੇ ਘਰਦਿਆਂ ਨੂੰ ਦਿਖਾਵਾਂ, ਜਿਨ੍ਹਾਂ ਨੇ ਮੇਰਾ ਸਾਥ ਛੱਡਤਾ ਸੀਗਾ, ਲੱਤ ਮਾਰੀ ਸੀ ਔਖੇ ਟਾਈਮ 'ਚ, ਉਹਨਾਂ ਨੂੰ ਮੈਂ ਕੁਛ ਕਰਕੇ ਦਿਖਾਵਾਂ, ਮੇਰੇ ਮਨ ਦੀ ਇਹ ਸੋਚ ਹੈਗੀ ਆ ਜੀ। ਫਿਰ ਬਾਈ ਜੀ ਮੈਂ ਹੁਣ ਸ਼ਾਮ ਨੂੰ 5:30 ਵਜੇ ਦੁਕਾਨ ਬੰਦ ਕਰਕੇ ਅਤੇ ਕੋਟਕਪੂਰੇ ਚੱਲ ਜਾਂਦਾ ਜੀ, ਉੱਥੇ ਥੀਏਟਰ ਕਰਦਾ ਹੁੰਦਾ ਸੀਗਾ, ਥੀਏਟਰ 'ਚੋਂ ਮੈਨੂੰ ਲੱਗਿਆ ਵੀ ਮੈਂ ਕੁਛ ਕਰ ਸਕਦਾ, ਕੁਛ ਪਹਿਲਾਂ ਹੀ ਪਿੰਡ 'ਚ ਮੇਰੇ ਮਜ਼ਾਕ ਹੀ ਆ ਤੌਰ 'ਤੇ ਬੜਾ ਹੁੰਦਾ ਸੀਗਾ ਜੀ, ਸਾਰੇ ਮੈਨੂੰ ਹਾਸੇ ਵਾਲੀਆਂ ਗੱਲਾਂ ਸੁਣਨ ਵਾਸਤੇ ਹੁੰਦੇ ਸੀ ਮੇਰੇ ਕੋਲ ਬੈਠੇ ਜੀ। ਮੈਂ ਹੁਣ ਥੀਏਟਰ ਕੀਤਾ ਜੀ, ਹੁਣ ਮੈਨੂੰ ਥੋੜ੍ਹਾ ਥੋੜ੍ਹਾ ਕੰਮ ਮਿਲਣ ਲੱਗ ਗਿਆ ਜੀ ਫਿਲਮਾਂ 'ਚ। ਇਦੋਂ ਪਹਿਲਾਂ ਇੱਕ ਤਾਂ ਕੀਤੀ ਆ ਜੀ ਗਿੱਲ ਸਾਹਿਬ ਸਕੂਟਰ ਵਾਲੇ ਸਰਦਾਰ ਸੋਹੀ ਜੀ ਦੀ ਹੈਗੀ, ਇੱਕ ਹੋਬੀ ਤਾਲ ਜੀ ਵਿੱਚ ਬਲਵੀਰ ਬਾਪਰ ਆਏ ਜੀ ਆ ਜੀ, ਉਹਨਾਂ ਨਾਲ ਥੋੜ੍ਹਾ ਜਿਹਾ ਕੰਮ ਕੀਤਾ ਜੀ, ਪੁਲਿਸ ਦਾ ਰੋਲਾ ਮੇਰਾ ਜੀ। ਇੱਕ ਮੈਂ ਕੀਤਾ ਬਾਈ ਜੀ ਸਾਈਕੋ ਕਿਲਰ, ਹੁਣ ਬਣੀ ਜਾਂਦੀ ਹੈ ਫਿਲਮ ਬੋਂਬੇ ਤੋਂ, ਡਾਇਰੈਕਟਰ ਬੋਬੀ ਵੀਰਾ, ਉਹਨਾਂ ਨੇ ਮੇਰਾ ਸਪੈਸ਼ਲੋ ਕਹਿੰਦੇ ਸਕਰੀਨ 'ਤੇ ਤੇਰਾ ਨਾਮ ਵੀ ਆਊਗਾ। ਮੈਂ ਆਪਦੀ ਲੁੱਕ ਬਣਾ ਕੇ ਉਹਨਾਂ ਨੂੰ ਦਿਖਾਈ, ਸਰੀਰ ਦਿਖਾਇਆ, ਐਕਟਿੰਗ ਚੈੱਕ ਕੀਤੀ ਉਹਨਾਂ ਨੇ ਮੇਰੀ, ਹਫ਼ਤਾ ਜਾਂਦਾ ਰਿਹਾ ਉਹਨਾਂ ਕੋਲ ਜੀ, ਉਹਨਾਂ ਨੇ ਬਾਈ ਜੀ ਹੁਣ ਮੈਨੂੰ ਵਧੀਆ ਰੋਲ ਦਿੱਤਾ ਜੀ ਵਿਲਨ ਦਾ, ਮਤਲਬ ਉੱਧਰ ਵੀ ਹੱਥਾਂ 'ਚ ਪਾ ਰਹੇ। ਹਾਂਜੀ ਹਾਂਜੀ, ਪਰਮਾਤਮਾ ਦੀ ਸ਼ੁਕਰ ਹੈ ਬਾਬਾ ਨਾਨਕ ਜੀ ਦਾ, ਉੱਧਰ ਵੀ ਮੈਨੂੰ ਵਧੀਆ ਹੰਗਾਰਾ ਮਿਲ ਰਿਹਾ ਇਸ ਟਾਈਮ ਜੀ। ਬਾਕੀ ਲੋਕਡਾਊਨ ਲੱਗਿਆ ਕਰਕੇ ਹਜੇ ਕੋਈ ਪਿਕਚਰ ਆਈ ਨਹੀਂ, 6-7 ਗਾਣਿਆਂ 'ਚ ਕੰਮ ਕੀਤਾ ਬਾਈ ਜੀ, ਉਹ ਸਾਰਾ ਲੋਕਡਾਊਨ ਕਰਕੇ, ਅਤੇ ਬਾਕੀ ਆ ਧਰਨਾ ਲੱਗਿਆ ਹੋਇਆ ਦਿੱਲੀ ਜੀ, ਉਹਦੇ ਕਰਕੇ ਹਜੇ ਉਹਨਾਂ ਨੇ ਤਾਰਿਆ ਨਹੀਂ ਹੈਗਾ ਮਾਰਕੀਟ 'ਚ ਕੁਛ ਵੀ ਜੀ। ਇੱਕ ਤੁਸੀਂ ਇਹ ਵੀ ਕਹਿ ਰਹੇ ਸੀ ਵੀ ਲਿਖਣ ਦਾ ਵੀ ਗਾਉਣ ਦਾ ਸ਼ੌਂਕ ਰੱਖਦੇ ਹੋ, ਉਹ ਵੀ ਕੁਛ ਸੁਣਾ ਦਿਓ ਬਾਈ ਜੀ। ਉਹ ਵੀ ਹੈਗਾ ਜੀ, ਉਹ ਮੈਂ ਅੱਜ ਕੱਲ੍ਹ ਨਵੇਂ ਕਲਾਕਾਰ ਨੂੰ ਸੁਣਿਆ ਨਹੀਂ ਹੈਗਾ ਬਾਈ ਜੀ, ਮੇਰੇ ਫੋਨ 'ਚ ਵੀ ਅੱਜ ਤੀਕਰ ਮੈਂ ਕਿਸੇ ਨੂੰ ਲਿਆਂਦਾ ਨਹੀਂ ਗਾ ਉੱਪਰ ਹੀ। ਪੁਰਾਣੇ ਇੱਕ ਸਿੰਗਰ ਹੀ ਆ ਜੀ, ਜਮਲਾ ਜੀ ਹੋ ਗਏ, ਸੁਰਿੰਦਰ ਸ਼ਿੰਦਾ ਜੀ ਹੋ ਗਏ, ਕੁਲਦੀਪ ਮਾਣਕ ਜੀ ਹੋ ਗਏ, ਦਰਦਾਰ ਸੰਧੂ ਜੀ ਹੋ ਗਏ, ਬਸ ਇਹਨਾਂ ਨੇ ਸੁਣਿਆ ਜੀ ਮੇਰੇ, ਹਰ ਇੱਕ ਗੀਤ ਯਾਦ ਆ ਜੀ। ਬਾਕੀ ਹੁਣ ਮੈਂ ਸੋਚਿਆ ਵੀ ਉਹ ਤਾਂ ਜਲ ਯਾਦ ਹੈਗੀ ਆ, ਆਪਦੇ ਹੀ ਮੈਂ ਗਾਉਣਾ ਜੀ, ਆਪਦੇ ਹੀ ਬਣਾਉਣਾ। ਬਾਕੀ ਮੈਂ ਜਿਕਰ ਕਾਪੀ ਨਹੀਂ ਚੱਕੀ, ਲਿਖਿਆ ਨਹੀਂ ਹੈਗਾ ਜੀ, ਇੱਥੇ ਦਿਮਾਗ 'ਚ ਹੀ ਆਈ ਫਿੱਟ ਸਾਰਾ ਕੁਛ, ਜੋ ਬਚਪਨ 'ਚ ਵਾਪਰਿਆ ਮੇਰੇ ਨਾਲ, ਖੇਡੇ ਆ ਨਿੱਕੇ, ਉਹੀ ਕੁਛ ਮੈਂ ਸੋਚ ਕੇ ਦਿਮਾਗ 'ਚ ਫਿੱਟ ਕੀਤਾ ਜੀ। ਕੀ ਲਿਖਦੇ ਹੋ ਸਾਨੂੰ ਵੀ ਸੁਣਾ ਦਿਓ। ਸੁਣਾ ਦਿੰਦੇ ਬਾਈ ਜੀ। ਪੁੱਛ ਕੇ ਵੇਖ ਬਜ਼ੁਰਗਾਂ ਕੋਲੋਂ, ਲੰਘੇ ਟਾਈਮ ਨਹੀਂ ਮੁੜ ਕੇ ਆਉਂਦੇ, ਕਰਕੇ ਯਾਦ ਜਵਾਨੀ ਵੇਲਾ, ਕਿੰਨਾ ਅੰਕਲ ਜੀ ਪੁਛਤਾਉਂਦੇ, ਹਾਏ ਕਿੰਨਾ ਬਾਪੂ ਜੀ ਪੁਛਤਾਉਂਦੇ, ਜਦੋਂ ਨਿੱਕੇ ਜੇ ਹੁੰਦੇ ਸੀ ਬੜੇ ਲੈਂਦੇ ਸੀ ਨਜ਼ਾਰੇ, ਮਨ ਸੋਚਦਾ ਏ ਦਿਨ ਮੁੜ ਆਉਣੇ ਉਹ ਦੁਬਾਰੇ, ਨਿੱਤ ਕਰਾਂ ਅਰਦਾਸਾਂ ਰੱਬਾਂ ਹੱਥ ਜੋੜ ਕੇ, ਕਿਤੇ ਪਹਿਲਾਂ ਵਾਲੇ ਟਾਈਮ ਸਾਡੇ ਫਿਰ ਮੋੜਦੇ, ਹੋਏ ਬਾਬਾ ਬੋੜਾਂ ਵਾਲੇ ਦਿਨ ਕਿਤੇ ਫਿਰ ਮੋੜਦੇ, ਛੁੱਟੀ ਮਿਲਣੀ ਸਕੂਲੋਂ ਜਾ ਕੇ ਬੋੜਾਂ ਹੇਠ ਬਹਿਣਾ, ਕਾਕਾ ਕਰੀ ਨਾ ਤੂੰ ਚੌੜ ਮੈਨੂੰ ਬਾਬਿਆਂ ਨੇ ਕਹਿਣਾ, ਛੁੱਟੀ ਮਿਲਣੀ ਸਕੂਲੋਂ ਜਾ ਕੇ ਬੋੜਾਂ ਹੇਠ ਬਹਿਣਾ, ਕਾਕਾ ਕਰੀ ਨਾ ਤੂੰ ਚੌੜ ਮੈਨੂੰ ਬਾਬਿਆਂ ਨੇ ਕਹਿਣਾ, ਅਸੀਂ ਮਾਰਦੇ ਸੀ ਹੁੰਦੇ ਛਾਲਾਂ ਚੜ ਬੋੜ ਤੇ, ਕਿਤੇ ਪਹਿਲਾਂ ਵਾਲੇ ਦਿਨ ਸਾਡੇ ਫਿਰ ਮੋੜਦੇ, ਹੋਏ ਰੱਬਾ ਬੋੜਾਂ ਵਾਲੇ ਦਿਨ ਕਿਤੇ ਫਿਰ ਮੋੜਦੇ, ਸਾਡੇ ਸਮਿਆਂ 'ਚ ਚੱਲਦਾ ਸੀ ਮੁਹੰਮਦ ਸਦੀਕ ਮਿੱਠੇ ਖੰਡ ਵਾਂਗੂ, ਮਾਣਕ ਦੇ ਲੱਗਦੇ ਸੀ ਗੀਤ, ਸਾਡੇ ਸਮਿਆਂ 'ਚ ਚੱਲਦਾ ਸੀ ਮੁਹੰਮਦ ਸਦੀਕ ਮਿੱਠੇ ਖੰਡ ਵਾਂਗੂ, ਮਾਣਕ ਦੇ ਲੱਗਦੇ ਸੀ ਗੀਤ, ਅੱਜ ਕੱਲ੍ਹ ਤੰਗ ਵਈ ਨੇਰੇ ਗੱਪ ਰੋੜਦੇ, ਕਿਤੇ ਪਹਿਲਾਂ ਵਾਲੇ ਟਾਈਮ ਸਾਡੇ ਫਿਰ ਮੋੜਦੇ, ਹੋਏ ਬਾਬਾ ਪਹਿਲਾਂ ਵਾਲੇ ਦਿਨ ਸਾਡੇ ਫਿਰ ਮੋੜਦੇ, ਇਕੱਠੇ ਕਰਦੇ ਸੀ ਮੰਜੇ ਆਉਣਾ ਪਿੰਡ 'ਚ ਵਿਆਹ, ਦਿੰਦੇ ਗੁਰੂ ਕਰੇ ਹੋਕਾ ਦੁੱਧ ਦਿਓ ਜੀ ਪਚਾ, ਇਕੱਠੇ ਕਰਦੇ ਸੀ ਮੰਜੇ ਆਉਣਾ ਪਿੰਡ 'ਚ ਵਿਆਹ, ਦਿੰਦੇ ਗੁਰੂ ਕਰੇ ਹੋਕਾ ਦੁੱਧ ਦਿਓ ਜੀ ਪਚਾ, ਲਾਉਂਦੇ ਕੋਠੇ 'ਤੇ ਸਪੀਕਰ ਸੀ ਮੰਜੇ ਜੋੜ ਕੇ, ਕਿਤੇ ਪਹਿਲਾਂ ਵਾਲੇ ਦਿਨ ਸਾਡੇ ਫਿਰ ਮੋੜਦੇ, ਹੋਏ ਰੱਬਾ ਪਹਿਲਾਂ ਵਾਲੇ ਟਾਈਮ ਸਾਡੇ ਫਿਰ ਮੋੜਦੇ, ਘਰ 5ਵੀਂ ਕਲਾਸ ਜਾ ਕੇ ਲੱਗੇ ਬਗਰਾੜੀ, ਬੈਠ ਕੇ ਲਿਆਂਦੀ ਰੇੜੀ ਉੱਤੇ ਗੱਲਾਂ ਜਾਂਦੇ ਮਾਰੀ, ਘਰ 5ਵੀਂ ਕਲਾਸ ਜਾ ਕੇ ਲੱਗੇ ਬਗਰਾੜੀ, ਬੈਠ ਕੇ ਲਿਆਂਦੀ ਰੇੜੀ ਉੱਤੇ ਗੱਲਾਂ ਜਾਂਦੇ ਮਾਰੀ, ਮੁੰਡਾ ਪੜ੍ਹਦਾ ਸਕੂਲ ਸਾਡੇ ਮਾਪੇ ਸੋਚਦੇ, ਕਿਤੇ ਪਹਿਲਾਂ ਵਾਲੇ ਟਾਈਮ ਸਾਡੇ ਫਿਰ ਮੋੜਦੇ, ਹੋਏ ਰੱਬਾ ਪਹਿਲਾਂ ਵਾਲੇ ਦਿਨ ਸਾਡੇ ਫਿਰ ਮੋੜਦੇ। ਵੀਰੇ ਇੱਕ ਮੈਨੂੰ ਹੋਰ ਦੱਸੋ, ਆਪਾਂ ਪੂਰਾ ਗਾਣਾ ਵੀ ਸੁਣਾਂਗੇ, ਇਹ ਵੀ ਸੁਣਨ ਦੇ ਵਿੱਚ ਆਇਆ ਸੀ ਵੀ ਕਬੱਡੀ ਦੇ ਵਿੱਚ ਵੀ ਹੱਥ ਜਮਾਇਆ, ਕਬੱਡੀ ਵੀ ਖੇਡੀ ਆ। ਹਾਂਜੀ ਬਾਈ ਜੀ, ਕਬੱਡੀ ਵੀ ਖੇਡੀ ਸੀਗੀ, ਪਰ ਉਸ ਟਾਈਮ 'ਤੇ ਪੇਂਡੂ ਵਾਰ ਹੀ ਹੁੰਦਾ ਸੀ ਜ਼ਿਆਦਾ ਮੈਚ ਜੀ, 4-4.5 ਅਖੀਰ 5 ਸਾਲ ਖੇਡੇ ਹੋਣੀ ਆ ਜੀ, ਫਿਰ ਇੱਕ ਮੁੰਡਾ ਬਾਹਰ ਚੱਲ ਗਿਆ ਜੀ ਕਨੇਡਾ, ਫਿਰ
हौली हौली इधर जैतो के नाल एक पिंड सीगा जी, उत्थे असीं पहली बार जितते सीगे जी, नहीं हर कहीं आउंदा जी सारे थावां तों, पहली बार जितते सी। शाम नूं 7:30 बजे मैच खत्म होया ते नाल दे मुंडे भी ला लैंदे सी, मैं भी पैग ला लिया जी, उन्होंने भी ला लिया। ओ स्कूटर सीगा जी साढ़े इत्थे बहवल कलां तों, टीचर सीगे साढ़े मैडम राणी मैडम जी, ते मेरा दोस्त ओह मैडम दा टीचर दा मंग के लैके गया सीगा जी स्कूटर, भी शाम नूं मैडम जी तुसीं बहवल तों तुहाडा ब्रदर लै जूगा आ के, तो भी स्कूटर थोड़ा शाम घर पहुँचते कर देंगे। वो मुंडा जजी सीगा कबड्डी खेडता जी, वैसे तो बहुत दुनिया जानते हैं, बाहर भी खेड के आया। उन्हें बहवल वह पिछला पिंड बहवल सीगा जी, उन्होंने गवांढी सी मैडम के, उन्हें तो स्कूटर देता उन्होंने, वह कहता मैं तो स्कूटर फड़ाना, नहीं उत्थे रह पैना सी, साडी रिश्तेदारी सी जी मुंडे की पिंड की, कहदी वह कहता नहीं यार स्कूटर फड़ाना, तड़के मैडम ने आना, शाम आना ही आ। चल मैं इन स्कूटर चलाउन लाता, एक मुंडा मेरे पैरों से बैठ गया, तीन जने मगर लगे रहे, पैग ला लिया जी जैतो असी अड्डे खड़ के, खुशी च एक ट्राफी सी को राह ना ड्रैन का पुल पैंता सीगा जी, स्कूटर सीगा तेज, मजाक करते आते सी, एक तो लाइट वो हिलती सी बुझ जाती सी, ड्रैन च बजा जी, जी ड्रैन के आसे पासे अलार्म लगी होंगी है जी, वो फिर मेरे पट के बेच दी लंघी जी पाड़ के, हुण राड़ पाई भी उहदे च, उदू बाद फिर बस 6 महीने साल लत ते लग गया जी, लुधियाणे राड़ पाया। वो भी मेरे पिंड दे मुंडे जजी अर्गे होर मुंडे गए सवरनजीत अर्गे, उन्होंने क्लब वाले ने पैसे पूसे पाए, बस राड़ पवाती। उस टाइम तो मैच के नाम तो थोड़े ही होंगे, 2500-3000 होंगे जी, वह तो की बनना सी। कितना टाइम खेडी है कबड्डी? कबड्डी 4.5 साल मसा खेडी हो गई जी, बस उदू बाद जो राड़ पाई लत च खेडिया नहीं गया जी, उदू बाद ना ही फिर घर के भी लात इदा हो गए कुछ। पढ़ते भी रहने किताबा कतूबा पढ़ते हो? हाँ जी भाई जी पढ़ लैंना जी। पढ़ता बस साफ सुथरा ही पढ़ी जी, ज़्यादा मुहब्बत मैं अमरदीप दी पोस्टा ही पढ़दा जी, बई गल दियाँ बठिंडे तो जोड़े उन्होंने गल च दम हों जी, ज़्यादा मैं उन्होंने वेख के फिर अगे तुरया मैं जी। हाँ जी, होर कोई दिल की गल इतने मुंडे खुंडे होर भी आते हो, पुरानिया गल् भी दस दे तजर्बे दस दौ। बहुत बहुत मैं मजाकिया भी बहुत सगा जी, उस करके ज़्यादा मुंडे जोड़े मेरे, बाकी अजक आंगूनी भी 6 महीने यारी रही टुट गई, जिन्हें भी मेरे बचपन के गलिया खेडिया फुलों वाली नीकर च, वो अज भी मैं प्यार करते हैं, मेरे को आए मेरे को जाते हैं। बाकी गल एक होर रही, मेरे को जमीन जायदाद नहीं हैगी, मिस्त्रियों का मुंडा मैं जी, साढ़े पिंड मेरे जो दोस्त कबड्डी खेडते सके, एक जजी आ, जजी कहता भी तू आपकी उन्होंने पता भी दुकान पर हूँ काम ठप्प होया पाया जी, कुछ तो करोना चली जाता, कुछ आ धरना चल पाया, पहला गुरु ग्रंथ साहब की बेअदबी हुई सी, बगराड़ी की तवे से एक बस्ती है जी, बजी रोड ना गया, हाथ टायर जहा हो गया सगा जी, वो बेचारे हूँ मैंने कणक लैन की लड़ नहीं पी, घर कणक सट गई, बहुत प्यार करते हैं उइयो, मैं कहते बहुत खेडते जी। बाकी बगराड़ी बहुत अच्छा पिंड है जी, मेरी मैनू चाह नहीं मंगाई मैं इतक करी, आ मुंडा कलवंत है कबड्डी वाला जी, ये बेचारा चाह लिया आंदा इधर लैने, कहीं किराया नहीं लिया, कुछ भी बने घर मैं दे के जाते जी, मैं आपका भरा समझ दे सका। एक मैंने होर गल दस्यो, तुम्हें क्या भी नशा छड़िया है ना, जो मन के उत्ते भार से अच्छे वो भी हल्का करता बोल के, कोई दवाई दवुई बड़े लोग कहते भी दवाई बूटी नाल नशा छड़ा, दवाइया नाल नशा छड़ा जाता? मेरा नशा छड़न का कारण जी पैसा मुक गया सीगा जी, कैंचियां भी बेचतियां वो माँ भैन दियां कपड़े सियाउण वालियां, दवाई लई कोई 1% भी नहीं लई बई जी। फिर जे किसी ने हुण पुछे भी नशा छड़िया किवें की कहोगे? वह बजुर्ग की जिहड़ी गल सुनाई है तुहानू, वह नशा मेरे वास्ते बहुत वड्डी दवाई है बई जी, वह जो मेरी बेटी मैंने फोन लाउंदी, हुण भी मैं जदों घरों तुरिया सीगा अज्ज कहिंदी बापा जी तुसीं घरें मैनूं नाल लै चलो, मैं आख्या पता नहीं मैं बंदियां नूं मिलना बाहर जाके टाइम लग जूगा, तू घरे रह ते नाले मैं बीमारी आ बाहर इदा दसन लग गया, कहिंदी मैनूं चीज़ जी लिया दिओ, मेरे फिर वो दिमाग च वजी, वो दिमाग चो गल जांदी नहीं हुण जावड़ूगी, फर्क तो पैना जी, पर परमात्मा ये सोचदा भी मेरे हाथों जिनी कि मेरी कमाई है 10-12 कढ़ाई चले जी, परमात्मा मेरा वो पाप ला दे जी, मैं तो पहला कदे पाप भी नहीं किया जी, जे किया होना कोई माड़ा मोट आम मजा हसी मजाक च किया होना, पर उ पाप किया मैं थप्पड़ भी मारे से बजुर्ग के जी, मन भर आ सोच के गल, उन्हों की उम्र बई जी 60-65 साल तो उत्ते होगी, घट नहीं सी दूजी। मैं चाहूँगा हूँ फिर बब्बी एक कोई होर वधिया जी चीज़ सुना दे, जिहड़ी कोई लिखी हो होर कोई वधिया गलबात। गलबात बई जी सुना दिंदे बई जी, गाना ही सुना देना बई जी, एक होर सुनो जी सुनावा गल 30-32 साल दी, जेड़े आ टाइमां च सीगी दुनिया कमाल दी, कट्ठे होके असी सारे बड़े लैंदे सी नज़ारे,
ਇਕੱਠੇ ਹੋ ਕੇ ਅਸੀਂ ਸਾਰੇ ਬੜੇ ਲੈਂਦੇ ਸੀ ਨਜ਼ਾਰੇ ਉਹ ਰੌਣਕਾਂ ਪਿੰਡਾਂ 'ਚੋਂ ਗਈਆਂ ਚੱਕੀਆਂ ਜੀ ਬੇੜਾ ਜਮਾਂ ਗਰਕ ਗਿਆ ਓਏ ਕਹਿੰਦੇ ਕਰ ਗਿਆ ਪੰਜਾਬ ਤਰੱਕੀਆਂ ਜੀ ਬੇੜਾ ਜਮਾਂ ਗਰਕ ਗਿਆ ਅਗਾਉਣ ਵਾਲੇ ਵੀ ਕਸਰ ਨਹੀਂ ਉਹ ਛੱਡ ਦੇ ਗੰਦ ਝਰੀ ਵਾਂਗੂ ਗਾਣਿਆਂ 'ਚ ਵੱਢ ਦੇ ਨਾਲ ਕੁੜੀਆਂ ਨਚਾਉਂਦੇ ਨਾ ਹੀ ਕੱਪੜੇ ਪਵਾਉਂਦੇ ਨਾਲ ਕੁੜੀਆਂ ਨਚਾਉਂਦੇ ਨਾ ਹੀ ਕੱਪੜੇ ਪਵਾਉਂਦੇ ਬਸ ਮਾੜਾ ਮੋਟ ਹੁੰਦੀਆਂ ਨੇ ਟਕੀਆਂ ਜੀ ਬੇੜਾ ਜਮਾਂ ਗਰਕ ਗਿਆ ਓਏ ਕਹਿੰਦੇ ਕਰ ਗਿਆ ਪੰਜਾਬ ਤਰੱਕੀਆਂ ਜੀ ਬੇੜਾ ਜਮਾਂ ਗਰਕ ਗਿਆ ਪਹਿਲਾਂ ਮਾਣਕ ਅਤੇ ਸ਼ਿੰਦਾ ਸੋਹਣਾ ਗਾਉਂਦੇ ਸੀ ਵਾਰਾਂ ਜੱਗੇ ਜਾਉਣੇ ਦੁੱਲੇ ਦੀਆਂ ਲਾਉਂਦੇ ਸੀ ਕਰ ਦਿੱਤਾ ਦੀਵਾ ਗੁੱਲ ਗਏ ਆ ਜੱਗਾ ਜਾਉਣਾ ਫੁੱਲ ਕਰ ਦਿੱਤਾ ਦੀਵਾ ਗੁੱਲ ਗਏ ਆ ਜੱਗਾ ਜਾਉਣਾ ਫੁੱਲ ਇਹਨਾਂ ਰਫਲਾਂ ਗੀਤਾਂ ਦੇ ਵਿੱਚ ਚੱਕੀਆਂ ਜੀ ਬੇੜਾ ਜਮਾਂ ਗਰਕ ਗਿਆ ਓਏ ਕਹਿੰਦੇ ਕਰ ਗਿਆ ਪੰਜਾਬ ਤਰੱਕੀਆਂ ਜੀ ਬੇੜਾ ਜਮਾਂ ਗਰਕ ਗਿਆ ਹੋ ਨਾ ਹੀ ਗੱਡੇ 'ਚ ਬਲਦ ਕੋਈ ਜੋੜਦਾ ਕੋਈ ਸੁਣਦਾ ਨਹੀਂ ਤੱਤਾ ਬੋਲਦਾ ਉਹ ਤਾਂ ਉੱਡ ਗਏ ਨੇ ਪੌਰ ਨਾ ਹੀ ਦਾਣੇ ਪੁੰਨੇ ਚੌਰ ਉੱਡ ਗਏ ਨੇ ਪੌਰ ਨਾ ਹੀ ਦਾਣੇ ਪੁੰਨੇ ਚੌਰ ਅੱਗੇ ਹੁੰਦੀਆਂ ਸੀ ਪਿੰਡਾਂ ਵਿੱਚ ਭੱਠੀਆਂ ਜੀ ਬੇੜਾ ਜਮਾਂ ਗਰਕ ਗਿਆ ਕਹਿੰਦੇ ਕਰ ਗਿਆ ਪੰਜਾਬ ਤਰੱਕੀਆਂ ਜੀ ਬੇੜਾ ਜਮਾਂ ਗਰਕ ਗਿਆ ਬੱਬੀ ਜੀ ਇੱਕ ਮੇਰੀ ਗੱਲ ਇਹ ਵੀ ਰਹਿ ਗਈ ਵਿੱਚ ਜਿਹੜੇ ਨੌਜਵਾਨ ਇੱਥੇ ਦੁਕਾਨ 'ਤੇ ਆਉਂਦੇ ਆ ਤੁਸੀਂ ਨੌਜਵਾਨਾਂ ਬਾਰੇ ਬੜਾ ਸੋਚਦੇ ਹੋਵੋਗੇ ਆਪ ਵੀ ਤੁਸੀਂ ਜਦੋਂ ਉਹ ਪੜਾਅ 'ਚੋਂ ਲੰਘੇ ਹੋ ਹੁਣ ਤੁਸੀਂ ਗਾਣਾ ਵੀ ਨੌਜਵਾਨੀ 'ਤੇ ਪੰਜਾਬ 'ਤੇ ਗਾਇਆਗਾ ਅੱਜ ਦੀ ਜਿਹੜੀ ਪੰਜਾਬ ਦੀ ਨੌਜਵਾਨੀ ਆ ਇੱਥੇ ਵੀ ਗੱਲਾਂ ਬਾਤਾਂ ਕਰਦੀ ਹੋਊਗੀ ਕੀ ਸੋਚਦੇ ਹੋ ਕਿਵੇਂ ਦੇਖਦੇ ਹੋ ਨੌਜਵਾਨੀ ਸੋਚ ਬਸ ਉਹਨਾਂ ਪ੍ਰਤੀ ਇਹੀ ਆ ਜੀ ਜਿੱਦਾਂ ਦਾ ਉਹ ਸੁਣਦੇ ਅੱਜ ਕੱਲ੍ਹ ਦੇ ਗਾਣਿਆਂ 'ਚ ਉੱਦਾਂ ਦੇ ਫਿਰ ਗੇੜੇ ਫੇੜੇ ਲਾਉਂਦੇ ਆ ਕੱਪੜੇ ਪਾਉਂਦੇ ਆ ਹੈ ਨਾ ਜੀ ਉਹ ਵੈਸੇ ਤਾਂ ਫਿਰ ਜੇ ਅਗਲੇ ਨੂੰ ਕਹਿੰਦੇ ਆ ਰੋਕ ਕੇ ਜਾਂ ਜਿਨ੍ਹਾਂ ਨੂੰ ਮੁਹੱਬਤ ਵੀ ਹੈਗੀ ਆ ਕਿਤੇ ਕਹਿੰਦੇ ਅਗਲਾ ਕਹਿੰਦਾ ਆਪਦਾ ਟਾਈਮ ਭੁੱਲ ਗਿਆ ਬਸ ਇਹ ਗੱਲ ਸੋਚ ਕੇ ਚੁੱਪ ਕਰ ਜਾਈਦਾ ਬਾਈ ਜੀ ਬਾਕੀ ਫਿਰ ਸਾਰੇ ਵੀ ਨਹੀਂ ਇਹੋ ਜਿਹੇ ਜਿਵੇਂ ਆ ਹੁਣ ਕਲੱਬ ਵਾਲੇ ਮੁੰਡੇ ਹੈਗੇ ਮੇਰੇ ਲਈ ਤਾਂ ਰੱਬ ਆ ਘਰ ਵਾਲੇ ਹੋ ਗਏ ਜੀ ਇਹਨਾਂ ਦੇ ਵੀ ਮੁੰਡਾ ਹੈਗਾ ਨਸ਼ੇ ਦੇ ਨੇੜੇ ਵੀ ਨਹੀਂ ਗਿਆ ਇਹ ਮੁੰਡਾ ਜੀ ਲੱਕੀ ਕਲਵੰਤ ਅਰਗੇ ਹੋ ਗਏ ਸੁੱਖੇ ਅਰਗੇ ਇਹ ਮੰਨਦੇ ਹੋ ਵੀ ਜਿਹੜੇ ਗਾਣਿਆਂ ਦਾ ਪ੍ਰਭਾਵ ਪੈਂਦਾ ਜ਼ਿੰਦਗੀ 'ਤੇ 100% ਪੈਂਦਾ ਜੀ 100% ਪਤਾ ਹੀ ਇਸ ਗੱਲ ਦਾ ਤਾਂ ਆਪਾਂ ਜੀ ਬੜੇ ਕਲਾਕਾਰ ਇਹ ਵੀ ਕਹਿ ਦਿੰਦੇ ਵੀ ਇਸ ਤਾਪ ਦਾ ਬਿਜ਼ਨਸ ਕਰਦੇ ਹਾਂ ਕਮਰਸ਼ੀਅਲ ਆ ਵੀ ਅਸੀਂ ਕਿਹੜਾ ਕਹਿਣੇ ਵੀ ਐਂ ਹੋਊ ਗਾਣਿਆਂ ਦਾ ਪ੍ਰਭਾਵ ਨਹੀਂ ਪੈਂਦਾ ਉਹਨਾਂ ਨੂੰ ਕੀ ਕਹੋਗੇ ਕਿਤੇ ਨਾ ਕਿਤੇ ਬਾਈ ਜੀ ਉਹ ਵੀ ਸਹੀ ਹੈਗੇ ਚੰਗਾ ਵੀ ਆਉਂਦਾ ਅਤੇ ਮਾੜਾ ਵੀ ਆਉਂਦਾ ਉਦੋਂ ਗਾ ਸੁਣਨਾ ਤਾਂ ਆਪਾਂ ਠੀਕ ਆ ਜੀ ਵੀ ਕਿਹੜੀ ਚੀਜ਼ ਨੂੰ ਆਪਾਂ ਤਵੱਜੋ ਦੇਣੀ ਆ ਕਿਹੜੀ ਚੀਜ਼ ਨੂੰ ਤਵੱਜੋ ਨਹੀਂ ਦੇਣੀ ਆਪਾਂ ਮੈਂ ਬਸ ਇੱਦਾਂ ਹੀ ਵੇਖ ਕੇ ਲਿਖਦਾ ਸ਼ਾਮ ਨੂੰ 5 ਵੱਜਦੇ ਆ ਅਸੀਂ ਹੁਣ ਲੋਕਡਾਊਨ ਕਰਕੇ ਘਰੇ ਸੀ ਬਿਲਕੁਲ ਤਾਂ ਘਰੇ ਰਿਹਾ ਨਹੀਂ ਆਉਂਦਾ ਵਿਚਾਲੇ 7 ਬੋਰਡ ਬਣਿਆ ਵਾ ਬੋਰਡ ਹੇਠਾਂ ਬੈਂਚ 'ਚ ਬੈਠੇ ਲੱਗੇ ਵਿਆ ਬਜ਼ੁਰਗ ਬੈਠੇ ਹੁੰਦੇ ਉੱਥੇ ਸ਼ਾਮ ਨੂੰ ਜਿਹੜੇ ਲੋਕ 5:30-7 ਵਜੇ ਰਹਿ ਰਸ ਹੁੰਦੀ ਆ ਗੁਰਦੁਆਰਾ ਸਾਹਿਬ ਅਤੇ ਠੇਕਾ ਵੀ ਇੱਧਰਲੀ ਸਾਈਡ ਠੇਕਾ ਅਤੇ ਇੱਧਰਲੀ ਸਾਈਡ ਗੁਰਦੁਆਰਾ ਬਾਈ ਜੀ ਉੱਧਰੋਂ ਤਾਂ 4 ਬੰਦੇ ਜਾਂਦੇ ਆ ਅਤੇ ਇੱਧਰ ਨੂੰ ਲਾਈਨ ਲੱਗੀ ਹੁੰਦੀ ਹੈਗੀ 70 ਬੰਦੇ ਖੜ੍ਹੇ ਹੁੰਦੇ ਹੈਗੇ ਨਾਲੇ ਪੈਸੇ ਲੱਗਦੇ ਆ ਅਤੇ ਇੱਧਰ ਪੈਸੇ ਵੀ ਨਹੀਂ ਲੱਗਦੇ ਗੁਰੂ ਮਹਾਰਾਜ ਨੇ ਤਾਂ ਦੇਣਾ ਹੀ ਆਪਾਂ ਨੂੰ ਕੁਛ ਜ਼ਿੰਦਗੀ ਬਖਸ਼ਤੀ ਦੇ ਉੱਤੇ ਕੀ ਆਈ ਇਹ ਤਾਂ ਹੁਣ ਫਿਰ ਆਪਣੀ ਸੋਚ ਆ ਬਾਈ ਜੀ ਵੀ ਕੀ ਚੀਜ਼ ਨੂੰ ਆਪਾਂ ਆਪਣੀ ਜ਼ਿੰਦਗੀ ਨਾਲ ਲਾਉਣਾ ਜੀ ਅੱਗੇ ਜ਼ਿੰਦਗੀ 'ਚ ਕੀ ਸੋਚਿਆ ਕਰਨ ਬਾਰੇ ਕੋਈ ਸੁਪਨਾ ਹੋਊ ਜ਼ਿੰਦਗੀ ਦਾ ਜ਼ਿੰਦਗੀ ਦਾ ਬਸ ਸੋਚ ਇਹੀ ਆ ਜੀ ਪਰਮਾਤਮਾ ਬਾਬਾ ਨਾਨਕ ਜੀ ਬਾਂਹ ਫੜ ਲਏ ਆਪਾਂ ਵੀ ਕੁਛ ਬਣੀਏ ਜੀ ਪਹਿਲਾਂ 15-20 ਸਾਲ ਪਹਿਲਾਂ ਲਗਾਤਾਰ ਕੰਮ ਕੀਤਾ ਵਾ ਇੱਕ ਦਿਨ ਨਸ਼ੇ ਕਰਕੇ ਛੱਡ ਗਿਆ ਸੀਗਾ ਜੀ 6 ਸਾਲ ਹੁਣ ਹੋ ਗਏ ਮੇਰੀ ਸੋਚ ਇਹ ਆ ਵੀ ਦੁਕਾਨ ਵੀ ਰੱਖਾਂ ਹੌਲੀ ਹੌਲੀ ਚੱਲ ਪਰਮਾਤਮਾ ਨੇ ਚਾਹਿਆ ਤਾਂ ਬਣ ਗਈ ਤਾਂ ਗੱਲ ਵੀ ਜਿਵੇਂ ਗਾਣੇ ਚੱਲਣ ਲੱਗ ਜਾਣ ਮੇਰੇ ਜੀ ਫਿਲਮਾਂ ਫੁਲਮਾਂ 'ਚ ਆ ਜੇ ਰੋਲ ਵਧੀਆ 4 ਪੈਸੇ ਮਿਲ ਜਾਣ ਕਰਨਾ ਚਾਹੁੰਦੇ ਤੁਸੀਂ ਹਾਂਜੀ ਦਿਲ ਦੀ ਖਵਾਇਸ਼ ਆ ਜੀ ਪਹਿਲਾਂ ਤੋਂ ਮੇਰੀ ਸੋਚ ਇੱਦਾਂ ਦੀ ਸੀਗੀ ਮੈਂ ਥੀਏਟਰ ਵੀ ਕਰਨ ਲੱਗਿਆ ਸੀਗਾ ਉਦੋਂ ਪਹਿਲਾਂ ਵੀ ਬਸ ਹੌਲੀ ਹੌਲੀ ਬਾਹਰ ਪੈਰ ਨਿਕਲ ਗਿਆ ਜੀ ਵਿਗੜ ਗਿਆ ਕੰਮ ਬਸ ਆਹੀ ਹੋ ਗਿਆ ਜੀ ਥੀਏਟਰ ਹੁਣ ਵੀ ਕਰਦੇ ਹੋ ਨਹੀਂ ਹੁਣ ਤਾਂ ਹਟ ਗਿਆ ਜੀ ਮੈਨੂੰ ਮੇਰੇ ਮਨ ਨੂੰ ਲੱਗਿਆ ਵੀ ਮੈਨੂੰ ਜਿਹੜਾ ਕੁਛ ਮੈਂ ਬਚਪਨ 'ਚ ਮਜ਼ਾਕ ਕੀਤਾ ਮੋੜਾਂ 'ਤੇ ਚੌੜ ਕੀਤੀ ਆ ਥੀਏਟਰ 'ਚ ਵੀ ਇਹੀ ਕੁਛ ਲੱਗਿਆ ਜੀ ਵੈਸੇ ਸਿੱਖਣਾ ਚਾਹੀਦਾ ਜੀ ਗੁਰੂ ਗ੍ਰੰਥ ਗਤ ਨਹੀਂਗਾ ਪਰ ਮੈਨੂੰ ਐਂ ਲੱਗਦਾ ਵੀ ਮੈਂ ਸਿੱਖਿਆ ਹੀ ਹਾਂ ਕੋਈ ਹੋਰ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਲੋਕ ਦੇਖ ਰਹੇ ਆ ਇੰਟਰਵਿਊ ਸੰਦੇਸ਼ ਬਾਈ ਜੀ ਇਹੀ ਆ ਚੰਗਾ ਸੁਣੋ ਚੰਗੀ ਚੀਜ਼ ਨੂੰ ਤਵੱਜੋ ਦਿਓ ਬਾਕੀ ਜੇ ਆਪਾਂ ਨੂੰ ਕੋਈ ਚੰਗੀ ਚੀਜ਼ ਆਉਂਦੀ ਹੈਗੀ ਉਹਨੂੰ ਆਪਾਂ ਤਵੱਜੋ ਨਾ ਦੇਵਾਂਗੇ ਉਹਦੀ ਤਾਂ ਫਿਰ ਦੁਕਾਨ ਆ ਕੋਈ ਗੀਤ ਕੱਢਣਾ ਉਹਨੂੰ ਤਾਂ ਪੈਸੇ ਲਾਇਆ ਗਾਣੂ ਉਹਦੀ ਵੀ ਮਜਬੂਰੀ ਆ ਵੀ ਇਹ ਚੀਜ਼ ਸਰੋਤੇ ਸੁਣਦੇ ਨਹੀਂ ਤਾਂ ਵੀ ਅਸੀਂ ਆਹ ਭੇਜ ਗਏ ਅਤੇ ਫਿਰ ਚੱਕ ਲਓ ਧਰ ਲਓ ਵਾਲੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਕਿਵੇਂ ਚੱਲਦੇ ਆ ਜੀ ਰਾਤੇ ਰਾਤ ਸਟਾਰ ਬਣ ਜਾਂਦਾ ਚੱਕ ਲਓ ਧਰ ਲਓ ਵਾਲਾ ਉਹ ਕਿਤੇ ਨਾ ਕਿਤੇ ਬਾਈ ਜੀ ਗਲਤੀ ਆਪਣੀ ਹੋਈ ਆ ਜਦੋਂ ਨਸ਼ਾ ਕਰਦੇ ਸੋਚਿਆ ਸੀ ਵੀ ਦਲਦਲ 'ਚੋਂ ਨਿਕਲੋਗੇ 1% ਵੀ ਨਹੀਂ ਸੋਚਿਆ ਸੀ ਬਾਈ ਜੀ ਉਹ ਜਿਹੜੀ ਸੱਟ ਮਾਰੀ ਆ ਨਾ ਬਜ਼ੁਰਗ ਨੇ ਉਹਨੇ ਬਸ ਉਹੀ ਆ ਜੀ ਦਿਮਾਗ 'ਚ ਮੇਰੇ ਲਈ ਦਵਾਈ ਉਹ ਆ ਜੀ ਧੰਨਵਾਦ ਬਾਈ ਤੁਸੀਂ ਸਮਾਂ ਦਿੱਤਾ ਤੁਹਾਡਾ
थैंक यू बाई जी, थोड़ा भी बहुत बहुत परमात्मा थोड़े चैनल दिन रात तक चुक तरक्की बख्शे बाई जी। तो ये बाई रामता जोगी बब्बी मोटरसाइकलों वाला, अज असी मौजूद सी बगराड़ी, बगराड़ी यदि दुकान आ मुंडे की बब्बी मोटरवर्कस, तो इन्हें आपकी जिंदगी की जिहड़ी कहानी आ वो दसी आपां, तो खास करके जिहड़ा इहदे मन दा भार सी वह इन्हें सानू फोन करके भी यही गल कही भी मैं आपके मन का बोझ आ जिहड़ा वो हल्का करना, तो उम्मीद करते हैं भी अज बब्बी तेरा बोझ आ जिहड़ा वह हल्का हो गया होना गा, तो जल्दी ही मिलांगे कोई अजिही होर कहानी दे नाल। इह कहानियां हकीकत दियां वो कहानियां गईयां जिहड़ियां आम जिंदगी दे विच हर दूजे तीजे इंसान की जिंदगी दे विच वापरदियां आईयां। जल्दी हाजिर होवांगे, देखते रहो आर एम बी टैलीविजन। हुण अपने दोस्त रतनदीप सिंह धालीवाल नूं दिओ इजाजत, देखते रहो आर एम बी टैलीविजन। धन्नवाद जी।